ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਬਹੁਤ ਇਨਸਾਨ ਹੁੰਦੇ ਆ ਕਿ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਲੋਚਦੇ ਆ, ਕੁਝ ਬਣਨਾ ਲੋਚਦੇ ਆ, ਪਰ ਸਾਰਿਆਂ ਨੂੰ ਇਹ ਮੁਕਾਮ ਨਹੀਂ ਮਿਲਦੇ। ਕਿਤੇ ਨਾ ਕਿਤੇ ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਅਸੀਂ ਆਪਣੀ ਕਾਮਯਾਬੀ ਵੱਲ ਨਹੀਂ ਵੱਧ ਸਕਦੇ, ਪਰ ਕੁਝ ਸਿਰੜੀ ਲੋਕ ਇਦਾਂ ਦੇ ਵੀ ਹੁੰਦੇ ਆ ਕਿ ਜਿਹੜੇ ਉਹਨਾਂ ਹਾਲਾਤਾਂ ਨਾਲ ਵੀ ਭਿੜਦੇ ਆ ਤੇ ਨਾਲ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਮਿੱਥੇ ਹੋਏ ਟੀਚੇ ਆ ਉਹਨਾਂ ਨੂੰ ਟੀਚੇ ਪੂਰੇ ਕਰਨ ਦੇ ਵਿੱਚ ਵੀ ਆਪਣੀ ਜੱਦੋਜਹਿਦ ਆ ਉਹ ਲਗਾਤਾਰ ਕਰਦੇ ਰਹਿੰਦੇ ਆ। ਜਿਸ ਤਰ੍ਹਾਂ ਕਿ ਇੱਕ ਵਾਕਿਆ ਜਿਹੜਾ ਅਸੀਂ ਬੋਲਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਆਪ ਕਰਦੇ ਆ, ਇਸੇ ਵਾਕਿਆ ਨੂੰ ਸੱਚ ਕਰਦਾ ਇੱਕ ਨੌਜਵਾਨ ਜਿਹੜਾ ਆਪਣੀ ਜ਼ਿੰਦਗੀ ਨੂੰ ਗਰੀਬੀ ਤੋਂ ਸ਼ੁਰੂ ਕਰਦਾ। ਘਰ ਦੇ ਹਾਲਾਤ ਉਸ ਤਰ੍ਹਾਂ ਦੇ ਨਹੀਂ ਸਨ ਕਿ ਉਹ ਕੁਝ ਅਚੀਵ ਕਰ ਸਕਦਾ, ਪਰ ਆਪਣੀ ਮਿਹਨਤ ਤੇ ਆਪਣੀ ਲਗਨ ਦੇ ਸਦਕਾ ਉਹਨੇ ਸਮਾਜ ਦੇ ਵਿੱਚ ਇੱਕ ਮੁਕਾਮ ਵੀ ਹਾਸਲ ਕੀਤਾ ਤੇ ਨਾਲ ਹੀ ਨਾਲ ਆਪਣਾ ਪਰਿਵਾਰਕ ਸਿਸਟਮ ਵੀ ਸਾਰਾ ਸੈੱਟ ਕੀਤਾ। ਸੋ ਮੇਰੀ ਮੁਰਾਦ ਹੈ ਰਕੇਸ਼ ਜੀ, ਜੋ ਕਿ ਖੁਦ ਕਿੱਤੇ ਵਜੋਂ ਇੱਕ ਟੀਚਰ ਨੇ, ਇੱਕ ਅਧਿਆਪਕ ਨੇ, ਤੇ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਸੀ, ਕਿਵੇਂ ਉਹ ਇਹਨਾਂ ਹਾਲਾਤਾਂ ਚੋਂ ਨਿਕਲੇ ਤੇ ਕਿੱਦਾਂ ਆਪਣੀ ਲਾਈਫ ਦੇ ਵਿੱਚ ਇੱਕ ਮੁਕਾਮ ਹਾਸਲ ਕੀਤਾ। ਸਵਾਗਤ ਹੈ ਰਕੇਸ਼ ਤੁਹਾਡਾ ਇੰਡੋਰ ਸਟੀਵੀ ਆਸਟ੍ਰੇਲੀਆ ਤੇ। ਧੰਨਵਾਦ ਗੁਰਿਕਪਾਲ ਜੀ, ਐਂਡ ਜਿੰਨੇ ਵੀ ਤੁਹਾਡੇ ਇੰਡੋਰ ਟੀਵੀ ਦੇ ਦਰਸ਼ਕ ਨੇ ਜੋ ਦੇਸ਼ ਵਿਦੇਸ਼ਾਂ ਵਿੱਚ ਬੈਠ ਕੇ ਮੈਨੂੰ ਸੁਣ ਰਹੇ ਹੈ, ਮੈਨੂੰ ਦੇਖ ਰਹੇ ਹੈ, ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਐਂਡ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਤੁਹਾਡੇ ਨਾਲ ਆ ਕੇ ਆਪਣੇ ਕੁਝ ਵਿਚਾਰ ਸਾਂਝੇ ਕਰ ਸਕਾਂ ਜੀ। ਰਕੇਸ਼, ਪਹਿਲਾ ਸਵਾਲ ਤੁਹਾਨੂੰ ਮੈਂ ਇਹੀ ਕਰਦਾ ਕਿ ਅੱਜ ਕੱਲ੍ਹ ਜਿਹੜੇ ਨੌਜਵਾਨਾਂ ਦੇ ਵਿੱਚ ਨਿਰਾਸ਼ਾ ਬੜੀ ਹੋ ਜਾਂਦੀ ਹੈ, ਕਿਉਂਕਿ ਜਿਸ ਤਰ੍ਹਾਂ ਇੰਟਰੋਡਕਸ਼ਨ ਦੇ ਵਿੱਚ ਪਹਿਲਾਂ ਹੀ ਮੈਂ ਦੱਸ ਚੁੱਕਿਆ ਕਿ ਹਾਲਾਤ ਬੰਦੇ ਦੇ ਕਈ ਵਾਰੀ ਇੱਦਾਂ ਦੇ ਹੁੰਦੇ ਆ ਕਿ ਉਹ ਆਪਣੇ ਆਪ ਨੂੰ ਨਿਰਾਸ਼ਾ ਦੇ ਵੱਲ ਲਿਜਾਣ ਲੱਗਦਾ, ਨਿਰਾਸ਼ਾ ਦੇ ਵੱਲ ਡਿੱਗਣ ਲੱਗਦਾ, ਤੇ ਇਸ ਨਿਰਾਸ਼ਾ ਕਾਰਨ ਹੀ ਕਈ ਵਾਰੀ ਗਲਤ ਸੰਗਤ ਜਾਂ ਗਲਤ ਚੀਜ਼ਾਂ ਦੇ ਵਿੱਚ ਉਲਝ ਕੇ ਰਹਿ ਜਾਂਦਾ। ਤੁਹਾਡੇ ਹਾਲਾਤ ਕੀ ਸੀ ਤੇ ਤੁਸੀਂ ਆਪਣੇ ਆਪ ਨੂੰ ਇਹਨਾਂ ਹਾਲਾਤਾਂ ਚੋਂ ਨਿਕਲਣ ਦੇ ਵਾਸਤੇ, ਇਹਨਾਂ ਹਾਲਾਤਾਂ ਚੋਂ ਨਿਕਲਣ ਲਈ ਕਿਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀ? ਗੁਰਿਕਪਾਲ ਜੀ, ਅਗਰ ਮੈਂ ਤੁਹਾਨੂੰ ਆਪਣੇ ਹਾਲਾਤਾਂ ਬਾਰੇ ਡਿਸਕਸ ਕਰਾਂ ਤਾਂ ਮੇਰੀ ਕਿ ਫਾਈਨੈਂਸ਼ੀਅਲੀ ਪੋਜੀਸ਼ਨ ਮੇਰੇ ਪਰਿਵਾਰ ਦੀ ਜਾਂ ਮੇਰੀ ਕੋਈ ਜ਼ਿਆਦਾ ਅੱਛੀ ਨਹੀਂ ਸੀ, ਕੋਈ ਜ਼ਿਆਦਾ ਸਟਰੋਂਗ ਨਹੀਂ ਸੀ। ਮਤਲਬ ਮੇਰਾ ਪਰਿਵਾਰ ਇੱਕ ਐਸੀ ਪੋਜੀਸ਼ਨ ਦੇ ਵਿੱਚ ਸੀ ਕਿ ਘਰੇ ਅਰਨਿੰਗ ਹੈਂਡ ਕੋਈ ਨਹੀਂ ਸੀ, ਕਮਾਉਣ ਵਾਲਾ ਕੋਈ ਵੀ ਬੰਦਾ ਨਹੀਂ ਸੀ। ਪੜ੍ਹਾਈ ਤੋਂ ਲੈ ਕੇ ਅਗਰ ਮੈਂ ਗੱਲ ਕਰਾਂ ਕਿ ਪੜ੍ਹਾਈ ਤੱਕ ਦਾ ਵੀ ਖਰਚਾ ਮੈਂ ਖੁਦ ਆਪਣੇ ਆਪ ਜਾਂ ਮੇਰੇ ਪਰਿਵਾਰ ਦੇ ਇਸੇ ਹਾਲਾਤ ਨਹੀਂ ਸੀ ਕਿ ਮੇਰੀ ਪੜ੍ਹਾਈ ਦਾ ਖਰਚਾ ਵੀ ਕੱਢ ਸਕਣ ਜੀ। ਤਾਂ ਮੈਂ ਇੱਥੇ ਆਪਣੀ ਪੜ੍ਹਾਈ ਦੇ ਖਰਚੇ ਲਈ ਜਾਂ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੱਕ ਲੈ ਕੇ ਆਏ ਜਾਂ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ, ਨੋ ਡਾਊਟ ਕਿ ਸਰ ਮੁਕਾਮ ਤੱਕ ਜਦੋਂ ਵੀ ਕਿਸੇ ਇਨਸਾਨ ਨੇ ਪਹੁੰਚਣਾ ਹੈ ਤਾਂ ਉਹਦੀ ਖੁਦ ਦੀ ਮਿਹਨਤ, ਉਹਦਾ ਖੁਦ ਦਾ ਹਾਰਡ ਵਰਕ ਬਹੁਤ ਕੰਮ ਕਰਦਾ ਹੈ। ਬਟ ਕੁਛ ਐਸੇ ਵੀ ਇਨਸਾਨ, ਕੁਛ ਐਸੇ ਵੀ ਲੋਕ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਹੈ ਜੋ ਉਸ ਮਿਹਨਤ ਨੂੰ ਜਾਂ ਉਸ ਹਾਰਡ ਵਰਕ ਨੂੰ ਕਰਨ 'ਚ ਤੁਹਾਡੀ ਮਦਦ ਕਰਦੇ ਆ। ਤਾਂ ਮੈਂ ਇੱਥੇ ਉਹਨਾਂ ਕੁਛ ਹਸਤੀਆਂ ਦਾ ਜੋ ਮੇਰੇ ਲਈ ਇੱਕ ਪਰਮਾਤਮਾ ਰੂਪੀ ਰੂਪ ਬਣ ਕੇ ਆਈਆਂ, ਉਹਨਾਂ ਦਾ ਨਾਮ ਲੈਣਾ ਚਾਹੂੰਗਾ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਉਣ 'ਚ ਹੈਲਪ ਕੀਤੀ। ਤਾਂ ਉਹਨਾਂ ਹਸਤੀਆਂ ਦੇ ਵਿੱਚ ਸਰ ਸਭ ਤੋਂ ਪਹਿਲਾਂ ਜਿਹੜਾ ਨਾਮ ਹੈ ਉਹ ਮੇਰੇ ਨਾਨਾ ਜੀ ਸ਼੍ਰੀ ਕੌਰ ਚੰਦ ਜੀ ਸਿੰਗਲਾ ਦਾ ਮੈਂ ਲੈਣਾ ਚਾਹੂੰਗਾ, ਜੋ ਕਿ ਅੱਜ ਕੱਲ੍ਹ ਸਵਰਗ ਸਿਧਾਰ ਚੁੱਕੇ ਹੈ, ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਉਣ 'ਚ ਮੇਰੀ ਬਹੁਤ ਮਦਦ ਕੀਤੀ। ਨੰਬਰ 2 'ਤੇ ਸਰ ਮੈਂ ਨਾਮ ਲੈਣਾ ਚਾਹੂੰਗਾ ਮੇਰੇ ਮਾਮਾ ਸ਼੍ਰੀ ਪਵਨ ਕੁਮਾਰ ਸਿੰਗਲਾ ਜੀ ਦਾ, ਜਿਨ੍ਹਾਂ ਨੇ ਮੇਰੀ ਪੜ੍ਹਾਈ ਤੋਂ ਲੈ ਕੇ ਮੇਰੇ ਪਰਿਵਾਰ ਦੀ ਦੇਖਭਾਲ ਕਰਨ ਤੱਕ ਕਦੇ ਵੀ ਕੋਈ ਕਮੀ ਨਹੀਂ ਛੱਡੀ। ਅਤੇ ਸਰ ਇਸ ਤੋਂ ਇਲਾਵਾ ਇੱਕ ਹੋਰ ਬੜਾ ਹੀ ਜ਼ਰੂਰੀ, ਬੜੇ ਹੀ ਦੋ ਹੋਰ ਬੜੇ ਜ਼ਰੂਰੀ ਨਾਮ ਆ ਜਾਂਦੇ ਹੈ ਜਿਨ੍ਹਾਂ ਨੂੰ ਅਸੀਂ ਪਿੱਛੇ ਨਹੀਂ ਕਰ ਸਕਦੇ। ਦੇਖੋ ਨਾ, ਆਪਾਂ ਅਕਸਰ ਸੁਸਾਇਟੀ ਦੇ ਵਿੱਚ ਸੁਣਦੇ ਹਾਂ ਕਿ ਇਹ ਜਿਹੜੀ ਸੁਸਾਇਟੀ ਹੈ, ਇੱਕ ਜਿਹੜੀ ਔਰਤ ਹੁੰਦੀ ਹੈ ਨਾ ਸਰ, ਜਿਹੜੀ ਇੱਕ ਲੇਡੀ ਹੁੰਦੀ ਹੈ, ਜਦੋਂ ਵੀ ਇੱਕ ਔਰਤ ਨੇ ਸਪੋਜ਼ ਕਰੋ ਆਪਣੇ ਖੁਦ ਦੇ ਬੱਚੇ ਦਾ ਕੁਛ ਕਰਨਾ ਹੈ ਨਾ, ਤਾਂ ਔਰਤ ਕਹਿੰਦੇ ਸਭ ਤੋਂ ਅੱਗੇ ਹੋ ਕੇ ਕਰਦੀ ਹੈ। ਬਿਲਕੁਲ। ਜੇ ਤੁਸੀਂ ਉਸੇ ਔਰਤ ਨੂੰ ਕਹੋ ਕਿ ਤੂੰ ਆਪਦੇ ਬੱਚੇ ਦਾ ਨਾ ਕੁਛ ਕਰਕੇ ਕਿਸੇ ਥਰਡ ਪਰਸਨ ਲਈ ਕੁਛ ਕਰਨਾ, ਤਾਂ ਤੁਸੀਂ ਦੇਖੋ ਇਹ ਔਰਤ ਜਿਹੜੀ ਹੈਗੀ ਹੈ ਨਾ, ਜਾਂ ਔਰਤ, ਮੈਂ ਸਾਰੀਆਂ ਔਰਤਾਂ ਲਈ ਨਹੀਂ ਕਹਿ ਰਿਹਾ ਕਿ ਔਰਤ ਦੇ ਵਿੱਚ ਕਿਤੇ ਨਾ ਕਿਤੇ ਕੁਛ ਈਰਖਾ ਦੀ ਭਾਵਨਾ ਹੋ ਜਾਂਦੀ ਹੈ। ਤਾਂ ਤੀਸਰਾ ਨਾਮ ਸਰ ਮੈਂ ਲੈਣਾ ਚਾਹੂੰਗਾ ਆਪਣੇ ਮਾਮੀ ਜੀ ਸ਼੍ਰੀ ਸ਼ਕੁੰਤਲਾ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਬੱਚਿਆਂ ਤੋਂ ਵੱਧ ਕੇ ਕਿਤੇ ਪਿਆਰ ਦਿੱਤਾ, ਮੇਰੀ ਫਾਈਨੈਂਸ਼ੀਅਲੀ ਹੈਲਪ ਕੀਤੀ, ਮੇਰੀ ਸਟੱਡੀ 'ਚ ਮੇਰੀ ਹੈਲਪ ਕੀਤੀ। ਈਵਨ ਸਰ ਤੁਸੀਂ ਦੇਖੋ ਮੇਰੀ ਪੜ੍ਹਾਈ ਦੇ ਦੌਰਾਨ ਨਾ, ਮੇਰੇ ਟਿਊਸ਼ਨ ਟੀਚਰਾਂ ਤੱਕ ਉਹਨਾਂ ਨੇ ਪੈਦਲ ਮਾਰਚ ਕਰਕੇ ਉਹਨਾਂ ਨਾਲ ਡਿਸਕਸ ਕੀਤਾ। ਤੇ ਚੌਥਾ ਨਾਮ ਹੈ ਸਰ ਮੇਰੇ ਮਾਤਾ ਜੀ ਸ਼੍ਰੀ ਕਿਰਨਾ ਸ਼੍ਰੀਮਤੀ, ਮੈਂ ਕਹਿ ਸਕਦਾ ਸਰ ਕਿਰਨ ਬਾਲਾ ਜੀ ਦਾ, ਜਿਨ੍ਹਾਂ ਨੇ ਦਿਨ ਰਾਤ, ਸੁਬਹਾ ਸਵੇਰੇ ਸ਼ਾਮ ਤੱਕ, ਮਤਲਬ ਰਾਤ ਰਾਤ ਤੱਕ ਜਾਗ ਕੇ
मेरी पढ़ाई के दौरान मैनू दुध चाह रोटी तक प्रोवाइड किया, मेरी हैल्थ का ध्यान रखिया सो दैट कि मैं अपनी एजुकेशन नू कंप्लीट कर सकां, सो दैट कि मैनू मतलब कि सो दैट कि मैं किसी ना किसी मुकाम ते पहुंच सकां। मतलब मेरा नानका परिवार सर मेरे लिए मेरे इथों तक दे मुकाम नू हासिल करन लई सब तो अहम भूमिका मेरे नानके परिवार ने निभाई है। असल दे विच की हुंदा राकेश कि जदों जिंदगी दे विच इदां दे हालात होण, जिंदगी दे विच इदां दा सिस्टम साडा परिवारक ढांचे दा बन जांदा, उदों जिहड़ियां बहुत सारियां जिम्मेवारियां तां हुंदियां आ, उहनां जिम्मेवारियां नू निभाउंदे होइआं क्योंकि परिवारक जिम्मेवारियां तां तुहानूं निभाउणियां पैंदियां ही आ, ते नाल नाल तुसीं अपनी लाइफ नू सैट करन वास्ते किन्हां पड़ावां दे विचों लंघदे गए हो, किन्हां पड़ावां दे विच लंघ के जिहड़ी तुसीं अज इक अच्छे टीचर वजों समाज दे विच विचर रहे हो, जिहड़े स्टूडेंट्स ने तुहाडे ओह पढ़ लिख के तुहाडे पढ़ाए हुए स्टूडेंट्स इक चंगे मुकाम जिहड़े हासिल कर चुके है, वो लाइफ दे विच मतलब मैं समझदा कि जिस तरह तुसीं मैनूं दस्सिया कि बहुत सारी धन्नवाद करन वास्ते तुहाडे कोले आउंदे आ कि सर तुहाडे करके असीं इस मुकाम ते पहुंच चुके आ, अज तुसीं उहनां बच्चों का भविख बना रहे हो जिहड़े बच्चे तुहाडे कोल पढ़ के जांदे आ, पर जदों तुसीं अपना भविख सवारना सी, अपना कुछ बनाउणा सी, उदों किहड़े किहड़े मुश्किलां दा सामना तुहानूं करना पिया? सर देखो मुश्किलां दी अगर मैं गल करां कि मैं अपनी स्टडी दे दौरान ड्यूरिंग स्टडी मतलब कोई बहुतियां जिहड़ियां मुश्किलां ने अगर मैं फाइनैंशली गल करां सर मैनू नहीं आईया, बिकॉज फाइनैंशली मेरी जिन्नी भी सपोर्ट है मेरे मैं तुहानू ऑलरेडी मैनशन कर चुके हैं कि मेरे नानका परिवार ने की है, बट उस तो इलावा जो मुश्किलां वा मैनू आउंदियां रही हैं, सब तो पहली मेरी मुश्किल आंदी सी मेरे कोले मैंटल प्रैशर। मैंटल प्रैशर सर जिहड़ी मुश्किल सी ना, वह मेरी की मुश्किल सी कि दो नो डाउट कि फाइनैंशली हैल्प मैनू सारी हो रही है, बट सैकेंडली सर कितना कितने मैं जरूर सोचता सी कि एक दिन ऐसा मुकाम आवे कि मैं अपने खुद के पैरों पर स्टैंड होव, खुद के पैरों पर स्टैंड होव कि ताकि मैनू किसी अगे हाथ ना टडना पवे, मैनूं किसे तो कुछ हैल्प दी लोड़ ना पवे, मैं अपने पैरां ते स्टैंड होके एक ऐसा मुकाम हासिल करां कि जिथे मैं अपने नानका परिवार लई भी, अपने लिए भी, अपनी फैमिली दे लिए भी, सोसाइटी दे विच प्राउड मूवमेंट क्रिएट कर सकां, प्राउड मूवमेंट क्रिएट कर सकां। तो सर मुश्किल सब तो वध जो मैनूं आई वह मैनूं सब तो वध मुश्किल आई एक मैंटल प्रैशर जी, कि मेरे माइंड दे उत्ते एक बहुत वड्डा मैंटल प्रैशर रहिंदा सी कि मैं अपने परिवार नूं इस गरीबी रूप रूप दे विच्चों, जिहड़ा गरीबी रूप मेरे परिवार दा हैगा ना, इहदे चों किवें बाहर कढ़ां। तो सर वह सिर्फ पॉसीबल होया हार्डवर्क दे नाल, वह सिर्फ पॉसीबल होया मेरी डेडिकेशन दे नाल, वह सिर्फ पॉसीबल होया मेरी स्टडी दे नाल, राइट। तो फोर्थ मैं कह सकदा हां वह सिर्फ ते सिर्फ पॉसीबल हो सके है कि मैं अपने टीचे दे उत्ते, मैं अपने गोल दे उत्ते फोकस किया जी। अजकल जिहड़े हालात आ देखो नौजवान आ बहुत सारे इस तरह के नौजवान आ जिहड़े अपनी जिंदगी दे विच सोचदे आ पर किते ना किते डेडिकेशन की घाट करके, किते उन्हां दी उन्हां दे टीचे प्रति जिहड़ा उन्हां दी निष्ठा, उस निष्ठा की घाट करके वह किते ना किते जिंदगी दे विच जिहड़ा कुछ अचीव करन तों रह जांदे आ, उन्हां नौजवानों वास्ते तुसीं की कहना चाहोगे कि मतलब किस तरह की डेडिकेशन नाल उन्हां नूं चलना चाहिए, किस तरीके नाल जिहड़ा अगे वधना चाहिए? सर देखो ना अज दा जो प्रेजेंट नौजवान है सर, मैं तुहाडे माध्यम राही उन्होंने एको ही संदेश देना चाहूँगा कि जो भी तुहाडा माँ प्यो है ना, माँ प्यो जदों भी सर एक नौजवान नू किसी भी आपां कह सकदे इंस्टीट्यूट च भेजदा है पढ़न लई, तो नौजवान दे नाल नाल सर उस माँ प्यो दे बहुत सारे खाब जांदे है, ਉਹਦੀਆਂ ਬਹੁਤ ਸਾਰੀਆਂ ਉਮੀਦਾਂ ਜਾਂਦੀਆਂ ਮਾਂ ਪਿਓ ਦੀਆਂ ਉਹਦੇ ਨਾਲ। ਦੇਖੋ ਮਾਂ ਪਿਓ ਸਰ ਔਖਾ ਸੌਖਾ ਬੱਚੇ ਨੂੰ ਪੜ੍ਹਾ ਦੂਗਾ, ਔਖਾ ਸੌਖਾ ਬੱਚੇ 'ਤੇ ਪੈਸਾ ਇਨਵੈਸਟ ਕਰ ਦੂਗਾ, ਪੈਸਾ ਲਗਾ ਦੂਗਾ, ਪਰ ਉਹ ਤੋਂ ਬਾਅਦ ਨਾ ਸਰ ਸਭ ਤੋਂ ਵੱਡੀ ਜਿਹੜੀ ਬਿਗ ਰਿਸਪੋਂਸੀਬਿਲਟੀ ਸ਼ੁਰੂ ਹੋ ਜਾਂਦੀ ਹੈ ਉਹ ਸਟੂਡੈਂਟ ਦੀ ਸ਼ੁਰੂ ਹੋ ਜਾਂਦੀ ਹੈ, ਜੋ ਐਜ਼ ਅ ਟੀਚਰ ਮੈਂ ਫੀਲ ਕਰਦਾ ਨਾ ਸਰ, ਅੱਜ ਦਾ ਜੋ ਪ੍ਰੈਜੈਂਟ ਨੌਜਵਾਨ ਹੈ ਨਾ ਸਰ, ਜਦੋਂ ਘਰੋਂ ਚੱਲਦਾ ਨਾ, ਘਰੋਂ ਚੱਲ ਕੇ ਕਿਸੇ ਵੀ ਇੰਸਟੀਟਿਊਟ 'ਤੇ ਪਹੁੰਚਦਾ ਹੈ, ਕਿਸੇ ਵੀ ਕੋਚਿੰਗ ਇੰਸਟੀਟਿਊਟ 'ਤੇ ਲਗਾ ਲਓ, ਕਿਸੇ ਵੀ ਸਕੂਲ 'ਚ ਲਗਾ ਲਓ, ਤੁਸੀਂ ਕਿਸੇ ਵੀ ਕਾਲਜ 'ਚ ਲਗਾ ਲਓ, ਤਾਂ ਜਿਹੜੀ ਉਹਦੀ ਸਟੱਡੀ ਹੈ ਨਾ ਸਰ ਉਹ ਸੈਕੰਡਰੀ ਪੋਰਸ਼ਨ ਬਣ ਜਾਂਦੀ ਹੈ, ਅਤੇ ਜਿਹੜੀਆਂ ਉਹਦੀਆਂ ਦੂਸਰੀਆਂ ਗੱਲਾਂ ਨੇ ਉਹ ਪ੍ਰਾਇਮਰੀ ਬਣ ਜਾਂਦੀਆਂ, ਮਤਲਬ ਪੜ੍ਹਾਈ ਉਹਦੀ ਪਿੱਛੇ ਰਹਿ ਜਾਂਦੀ ਹੈ ਅਤੇ ਬਾਕੀ ਸਾਰੀਆਂ ਚੀਜ਼ਾਂ ਉਹਦੀਆਂ ਮੂਹਰੇ ਆ ਜਾਂਦੀਆਂ, ਅੱਗੇ ਆ ਜਾਂਦੀਆਂ। ਤਾਂ ਮੈਂ ਅੱਜ ਦੇ ਨੌਜਵਾਨ ਨੂੰ ਸਿਰਫ ਇਹੀ ਸੰਦੇਸ਼ ਦੇਣਾ ਚਾਹੂੰਗਾ ਕਿ ਜਿੰਨੀਆਂ ਵੀ ਤੁਹਾਡੀਆਂ ਅਦਰ ਐਕਟੀਵਿਟੀਜ਼ ਨੇ ਨਾ, ਉਹਨੂੰ ਕਰਨ ਲਈ ਤੁਹਾਡੇ ਕੋਲ ਪੂਰੀ ਜ਼ਿੰਦਗੀ ਪਈ ਹੈ, ਪੂਰੀ ਲਾਈਫ ਪਈ ਹੈ। ਪਹਿਲਾਂ ਪ੍ਰੈਜੈਂਟ ਤੁਹਾਨੂੰ ਕੀ ਕਰਨਾ ਚਾਹੀਦਾ, ਪਹਿਲਾਂ ਐਟ ਪ੍ਰੈਜੈਂਟ ਤੁਸੀਂ ਆਪਣੀ ਲਾਈਫ ਨੂੰ ਸਵਾਰ ਲਓ,
अपना एक टीचा हासिल कर लो, अपना एक मुकाम हासिल कर लो। जदों तुहाडा मुकाम तुहाडा टीचा हासिल हो गया, उस तों बाद उह सारियां एक्टिविटीज तुसीं कर सकदे हो। ईवन उह सारियां एक्टिविटीज तुहानूं करन दी जरूरत नहीं पैणी, उह सारियां एक्टिविटीयां तुहाडे कदम चुम्मणगीआं जी, तुहाडे कोले आउणगीआं अपने आप जी। राइट, अगर तुसीं एक मुकाम हासिल कर लो, एक वैल क्वालिफिकेशन तुहाडे कोले होवे, चंगी विद्या तुहाडे कोले होवे, चंगी जॉब तुहाडे कोले होवे, तां सारियां एक्टिविटीज तुसीं कर सकदे हो। हुण कई ऐसे विद्यार्थी है, कई ऐसे स्टूडेंट असीं अपनी लाइफ दे विच देखदे हैं जो अपनी क्लास 12th दे विच 12वीं क्लास दे विच आके ही अपने फ्यूचर नूं बर्बाद कर लैंदे। जां कई ऐसे विद्यार्थी मैं अपनी जर्नल लाइफ दे विच देखदा जो हजे सिर्फ 10th क्लास दा स्टूडेंट है, उन्हें सिर्फ अपनी 10th क्लास तो बाद ही अपनी स्टडी नूं, अपनी लाइफ नूं मैं कह सकदा कि बर्बाद कर लिया। तां मैं स्टूडेंट नूं तुहाडे माध्यम राही यही संदेश देना चाहूँगा कि अगर तुसीं अपनी प्रायोरिटीज फिक्स कर लो ना, थोड़ी प्रायोरिटीज मतलब पहला तुसी की काम करना है, फिर तुसी की काम करना है, तो हो सकता है तुसी जिंदगी दे विच बहुत जल्दी कामयाबी नूं चुम लो, बहुत जल्दी तुहानूं कामयाबी मिल जाए। हरकेश, तुसी किन्ना किन्ना किहड़े किहड़े काम कीते बचपन दे विच, जिस तरह कि तुसी पढ़ाई वास्ते चलो तुहाडे जो नानका परिवार सी उन्होंने थोड़ी सपोर्ट की, उन्होंने थोड़ी मदद की, उस तो इलावा तुसी किहड़े किहड़े काम करते रहे हो नाल नाल ड्यूरिंग स्टडी, की कीता ते किन्नी स्टडी तुसी करके? सर देखो, मैं ड्यूरिंग क्लास 10th एक शॉप दे उत्ते, एक दुकान दे उत्ते बैठे हैं। ड्यूरिंग 10th बेसिकली मैं दुकान दे उत्ते ये नहीं कह सकता कि मैं कोई जॉब कीती है, कोई नौकरी कीती है, बट मैं आफ्टर इमीजिएट आफ्टर स्कूलिंग अपने नाना जी नाल दुकान दे उत्ते काम कीता है रात नूं 8-8 बजे तक। राइट, आफ्टर क्लास 10th सर 11th ते 12th क्लास नूं जिद्दां ही मैं पास आउट कीता, जदों ही मेरी फर्स्ट ईयर स्टार्ट हुई, ग्रेजुएशन दा पहला साल स्टार्ट होया, इमीजिएट मैं ग्रेजुएशन दे दौरान कोचिंग स्टार्ट कीती, ट्यूशन स्टार्ट कीती, जिहनूं मैं कह सकदा कि एज अ प्रोफेशनली मैं कोचिंग नहीं स्टार्ट कीती, जस्ट एक ट्यूशन सेंटर दी फॉर्म च मैं कोचिंग नूं स्टार्ट कीता। तो फस्ट ईयर दा जिहड़ा मेरा एक्सपीरियंस सी सर कोचिंग दा, वो फस्ट ईयर दा मेरा एक्सपीरियंस सी कि मैं उस पहले साल सिर्फ एक लड़की नूं टीच कीता। अच्छा, थ्रू आउट द ईयर ओनली एक लड़की नूं मैं टीच कीता, बिकॉज सर उस टाइम मैं खुद एक यंग जनरेशन सी, ते लोग सोसाइटी के सोचते भी सी कि एक नौजवान मुंडा है, इस नौजवान मुंडे दे कोले असीं अपने बच्चियां नूं भेजिए जां ना भेजिए, लड़की नूं भेजिए जां ना भेजिए। तां मैं उस साल इक्को लड़की नूं टीच कीता थ्रू आउट द ईयर, ते उह लड़की ने जो स्कोर हासिल किया ना सर CBSE दे पेपर दे विचों, उन्हें स्कोर हासिल किया 98 out of 100, 98 नंबर उहदे आए 100 दे विचों, ते उह लड़की ने मैनूं एक अध्यापक बनने लई मजबूर किया। अच्छा, एक्चुअल च जिन्हें मेरी लाइफ नूं चेंज किया, बिकॉज ड्यूरिंग जो मैं जो फस्ट ईयर अपनी कर रहा सी, फस्ट ईयर के दौरान मेरा कोई ड्रीम नहीं सी टीचर बनने का, मेरा कोई एम नहीं सी टीचर बनने का, तां बट वो लड़की ने टोटली मैनू बेसिकली टीचिंग लाइन के विच इनकॉरपोरेट किया, मैं कह सकदा है कि वो लड़की मैनू टीचिंग लाइन च लैके आई। अच्छा, बिकॉज इमीजिएट आफ्टर सर उहदे रिजल्ट तो बाद वो लड़की ने मेरी इन्नी क एडवरटाइजमेंट की नियर बाय एरिया दे विच कि नैक्सट ईयर तो मेरे को 14-15 बच्चे आने शुरू हो गए ट्यूशन च। अच्छा, राइट, तो सैकेंड ईयर मैं दूसरे साल अपना 14 स्टूडेंट का बैच टीच किया, दैन जिदा ही मैं अपनी ग्रेजुएशन कंप्लीट की सर ਰਜਿੰਦਰਾ ਕਾਲਜ ਤੋਂ ਬਠਿੰਡਾ ਤੋਂ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ, ਤਾਂ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਮੈਂ ਆਪਣੀ ਮਾਸਟਰ ਡਿਗਰੀ ਕੀਤੀ ਹੈ ਜੀ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਤੋਂ ਜੀ। 2015 ਦੇ ਵਿੱਚ ਮੈਂ ਆਪਣਾ ਮਾਸਟਰ ਡਿਗਰੀ ਪਾਸ ਆਊਟ ਕੀਤੀ, ਅਤੇ ਇਮੀਡੀਏਟ ਸਰ 2015 ਦੇ ਵਿੱਚ ਮੈਨੂੰ ਉਸੇ ਕਾਲਜ 'ਚ ਐਜ਼ ਆ ਅਸਿਸਟੈਂਟ ਪ੍ਰੋਫੈਸਰ ਜੋਬ ਮਿਲ ਗਈ। ਅੱਛਾ, ਉੱਥੇ ਤੁਸੀਂ ਜਿੱਥੇ ਪੜ੍ਹਾਉਂਦੇ ਸੀ ਉੱਥੇ ਤੁਸੀਂ ਜੋਬ ਕੀਤੀ? ਹਾਂਜੀ, 2015-17 ਦੇ ਦੌਰਾਨ, ਯਾਨੀ ਕਿ 2 ਸਾਲ ਮੈਂ ਬਾਬਾ ਫਰੀਦ ਕਾਲਜ ਦੇ ਵਿੱਚ ਐਜ਼ ਆ ਅਸਿਸਟੈਂਟ ਪ੍ਰੋਫੈਸਰ ਜੋਬ ਕੀਤੀ ਹੈ ਬੀਕੌਮ ਡਿਪਾਰਟਮੈਂਟ ਦੇ ਵਿੱਚ, ਅਤੇ ਉਸ ਤੋਂ ਬਾਅਦ ਸਰ 2017 ਤੋਂ ਬਾਅਦ ਹੁਣ ਤੱਕ, ਯਾਨੀ ਕਿ ਐਟ ਪ੍ਰੈਜੈਂਟ ਮੈਂ ਜੋਬ ਕਰ ਰਹੇ ਹਾਂ ਦਿੱਲੀ ਪਬਲਿਕ ਸਕੂਲ ਬਠਿੰਡਾ ਦੇ ਵਿੱਚ ਐਜ਼ ਆ PGT ਕਮਰਸ ਜੀ। ਰਾਈਟ, ਅਤੇ ਇੱਕ ਹੋਰ ਸਵਾਲ ਜਿਹੜਾ ਬੜਾ ਅਹਿਮ ਹੋ ਜਾਂਦਾ ਕਿ ਇਸ ਟੀਚਿੰਗ ਦੌਰਾਨ ਤੁਹਾਨੂੰ ਕੁਛ ਇੱਦਾਂ ਦੇ ਸਟੂਡੈਂਟ ਵੀ ਮਿਲੇ ਜਾਂ ਇੱਦਾਂ ਦੇ ਬੱਚੇ ਵੀ ਮਿਲੇ ਕਿ ਜਿਨ੍ਹਾਂ ਦੇ ਹਾਲਾਤ ਤੁਹਾਡੇ ਨਾਲ ਮਿਲਦੇ ਜੁਲਦੇ ਹੋਣ? ਬਿਲਕੁਲ ਸਰ। ਅਤੇ ਤੁਸੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ? ਦੇਖੋ ਸਰ, ਡਿਊਰਿੰਗ ਮੇਰੀ ਟੀਚਿੰਗ ਕਰੀਅਰ ਦੇ ਦੌਰਾਨ ਐਸੇ ਬਹੁਤ ਸਾਰੇ ਮੈਨੂੰ ਸਟੂਡੈਂਟ ਮਿਲੇ ਹੈ ਜਿਨ੍ਹਾਂ ਦੇ ਫਾਈਨੈਂਸ਼ੀਅਲ ਪੋਜੀਸ਼ਨ ਲਗਾ ਲਓ ਜਾਂ ਘਰ ਦੇ ਹਾਲਾਤ ਲਗਾ ਲਓ ਐਸੇ ਨਹੀਂ ਸੀ ਕਿ ਉਹਨਾਂ ਦੇ ਮਾਂ ਪਿਓ ਉਹਨਾਂ ਦੀ ਕੋਈ ਅਕੈਡਮਿਕ ਦੀ ਫੀਸ ਦੇ ਸਕਣ, ਟਿਊਸ਼ਨ ਦੀ ਫੀਸ ਦੇ ਸਕਣ ਜਾਂ ਉਹਨਾਂ ਦੀ ਸਕੂਲ ਦੀ ਫੀਸ ਦੇ ਸਕਣ ਜੀ। ਤਾਂ ਮੈਂ ਆਪਣੇ ਵੱਲੋਂ ਉਹਨਾਂ ਲਈ
की कॉन्ट्रीब्यूशन किया जा की कर सकता है। मैं अपने वालों उन्होंने कॉन्ट्रीब्यूशन सिर्फ यह किया कि मैं अपनी जिनी भी कोचिंग की फीस सी उन्होंने टोटली माफ की, राइट। मैं उन्होंने कहा कि तुसी मेरे को साल दो साल तीन साल किन्ने भी साल पढ़ो विदाउट एनी कोचिंग फीस, क्योंकि मेरा एको एक एम सी कि जिन्ना हालातों चो मैं गुजरे हैं कोई होर परसन अगर उन्होंने हालातों चो गुजर रहे हैं मेथों जिनी वो हैल्प हो सकती है मैं करा। ईवन एट प्रेजेंट भी सर, एट प्रेजेंट भी देखो मेरा मालक की कृपा नाल मेरे को सब कुछ है एट प्रेजेंट, राइट। एट प्रेजेंट भी मैं तो चैनल के माध्यम तो ही कहना चाहना है कि एट प्रेजेंट भी अगर कोई ऐसा स्टूडेंट सोसाइटी के हैगा जो मेरी लाइन का स्टूडेंट है, मेरी लाइन मीन टू से दैट कि जिन्हें कोई कमर्स का कोर्स करना है, क्लास इलेवंथ की कोचिंग लैनी है, क्लास ट्वैल्थ की कोचिंग लैनी है, वो घर के हालात ऐसे है नहीं कि वो पेरेंट्स उन्होंने पढ़ा सकते हैं, तो मैं मेरी अकैडमी वो वास्ते 24 घंटे खुली है, कदों मर्जी वो बच्चा आवे आके साडे कोलो वो फ्री कोचिंग लै सकदा है। एट प्रेजेंट भी सर मेरे को ऐसे कई स्टूडेंट हैगे है जो मेरे को फ्री ऑफ कॉस्ट आके पढ़ते फ्री ऑफ कॉस्ट आके कोचिंग लै रहे। एक होर जिहड़ी चीज़ है कि आप देखते हैं कि जो बच्चे स्टडी करते हैं ड्यूरिंग स्टडी कई बार गलत संगत दे विचों पै जांदे आ, जां उन्हां दा जिहड़ा सर्कल है उन्हां दा फ्रेंड सर्कल इदां दा बन जांदा कि वह गलत जिहड़ियां आदतां उन्हां नूं लग जांदियां, चाहे वह आपां ड्रग दी कह लईए जां माड़ी संगत दे विचों होर तरह दियां कोई माड़ियां जिहड़ियां आदतां लग जांदियां। सो इहदे पिछे तुसीं कारण की समझदे हो कि की उन्हां दे मापिआं वल्लों उन्हां बच्चिआं दा ध्यान नहीं कीता जांदा जां कोई होर कारण इहदे पिछे तुसीं देखदे हो? सर देखो ना मेरी जो मनना है इहदे बारे कई कारण है। देखो हुण मैं इस टीचिंग प्रोफेशन च सर 11 सालों तो मैं की सोच रहे हैं इस टीचिंग प्रोफेशन च जां मैं की देख रहे हैं जो कोई भी स्टूडेंट मेरे को एज आ कोचिंग लैन आउंदा तो एट प्रेजेंट सर सिनेरियो की चल रहे है कि बच्चा खुद आउंदा टीचर को कोचिंग लैन, खुद वो टीचर नाल गल करदा है, खुद वो टीचर नाल फीस स्ट्रक्चर पुछदा है, खुद ही वो टीचर नूं लिया के फीस दिंदा है। मतलब बच्चा जो साडे कोले कोचिंग च आउंदा ना सर, साडे कोले 90% ऐसे स्टूडेंट कोचिंग च आउंदे है जिन्हां दे पेरेंट्स बारे सानूं कोई जानकारी नहीं। अच्छा, सू कुछ नहीं पता कि पेरेंट्स कौन है। मतलब एट प्रेजेंट जो इंसान है ना सर, वो अपने घरेलू अपने मैं कह सकते हैं व्यापारक कामों इन्ना क ज़्यादा बिजी हो चुके है कि वो कोले बच्चे वास्ते बहुत लिमिटेड टाइम है, बहुत घट समय है। तो अगर असी बच्चे की फाउंडेशन स्टेज से क्लीयर नहीं केयर नहीं करा ना कि जो बच्चा मान लो स्टार्टिंग ते देखो ना सर बच्चे दे विगड़न दे केड़े साल है, जो बच्चा इमीजिएट तुहाडा 10th क्लीयर करता है, 10th तो बाद जो 11th 12th ग्रेजुएशन ये 5 साल का पीरियड स्टूडेंट की लाइफ का एक ऐसा होंदा, वो 5 सालों के बच्चा सवर भी सकता है तो 5 सालों चो बच्चा विगड़ भी सकता है। अगर पेरेंट्स इन्हां 5 सालों के दौरान बच्चे की केयर कर ले ना, अगर पेरेंट्स इन्हां 5 सालों के दौरान बच्चे मोनीटर कर ले, इन्हों 5 सालों के दौरान पेरेंट्स ये सोच देख ले कि बच्चे जो असं पैसा दे रहे हैं, बच्चे जो असं पेमेंट दे रहे हैं वो बच्चा कितने लगा रहे हैं, कितने उन्होंने यूज कर रहे हैं, तो मैं लगता है कि स्टूडेंट नू बच्चे नू असी बहुत कंट्रोल च कर सकते हैं, बच्चे दियां जिहड़ियां बैड हैबिट्स ने उन्होंने प्रॉपर असी कंट्रोल कर सकते हैं जी, राइट। राकेश जी एक जिहड़ा अगला सवाल तुहानू मैं करना चाहुंदा उहदे विच मैं पुछना चाहुंदा सी कि अजकल बच्चे जिहड़े स्टडी का स्ट्रैस बहुत ज़्यादा दिमाग से लै रहे हैं, तो इस स्ट्रैस कारण ही कितने ना कि जिहड़े बच्चे आ वो स्टडी तो दूर भी होंदे जा रहे हैं। सो कुछ मापिया वालों भी स्ट्रैस पाया जाता है कि सानू 80% चाहिए, सानू 90% चाहिए, स्कूलों वालों भी स्कूल टीचर्स वालों भी यही स्ट्रैस होंदा, तो खास करके ये है भी बच्चे पहला स्कूल पढ़ते हैं, स्कूल तो बाद फिर नाल नाल ही जिहड़ी कोचिंग सेंटर्स से या ट्यूशन से उन्होंने जाना पैंदा, तो उन्होंने जी होर एक्टिविटीज बड़ी घट जाती है, बिल्कुल स्ट्रैस लैवल बढ़ जाता, बिल्कुल किवें देखते हो? सर देखो ना जी, जो आप कह सकते हैं कि एक बच्चे के उत्ते मैंटल प्रैशर है, मैंटल प्रैशर का सब तो पहला कारण है पेरेंट्स दियाँ एक्सपैक्टेशनज बच्चे तो जी, कि अगर असी बच्चे लैट सपोज देखो सर मैं अपने बच्चे तो एक्सपैक्टेशन रख रहे हैं कि मेरा बच्चा अगर क्लास ट्वैल्थ के अपीयर है तो मेरी एक्सपैक्टेशन है कि मेरा बच्चा अगर मेरे पड़ोसी का बच्चा 98% लास्ट ईयर लैके गया 12th दे विच्चों ते मैं उही एक्सपेक्टेशन अपने बच्चे ते थोपती हाँ कि बेटा तेरे भी 98% आने चाहिए है। तो सब तो पहला सर मैंटल प्रैशर का कारण बनता है पेरेंट्स की एक्सपेक्टेशंस बच्चे तो, कि पेरेंट्स जो एक्सपैक्ट कर रहे हैं ना स्टूडेंट तो या बच्चे तो वह सब तो पहला बिग कारण है जी। हुण इहनू असीं अवॉइड किवें कर सकते हैं, इहनू रिड्यूस किवें कर सकते हैं, तो मैं पेरेंट्स नूं सिर्फ ये कहूँगा कि बच्चे नूं उहदी पोटेंशियल दे अकॉर्डिंग
ਉਹਦੀ ਕੈਪੇਬਿਲਿਟੀ ਦੇ ਅਕੋਰਡਿੰਗ ਤੁਸੀਂ ਟਾਰਗੇਟ ਦਿਓ। ਹਾਂ ਜ਼ਰੂਰੀ ਥੋੜੀ ਹੈ ਸਰ ਕਿ ਅਗਰ ਸਪੋਜ਼ ਕਰੋ ਸੋਸਾਇਟੀ ਦੇ ਵਿੱਚ ਤੁਹਾਡੇ ਪੜੋਸੀ ਦਾ ਬੱਚਾ ਡਾਕਟਰ ਬਣ ਗਿਆ ਤਾਂ ਇਕੱਲਾ ਇਹ ਥੋੜੀ ਹੈ ਕਿ ਡਾਕਟਰੀ ਇਕੱਲਾ ਪ੍ਰੋਫੈਸ਼ਨ ਰਹਿ ਗਿਆ ਸੋਸਾਇਟੀ ਦੇ ਵਿੱਚ। ਅਗਰ ਸਪੋਜ਼ ਕਰੋ ਪੜੋਸੀ ਦਾ ਬੱਚਾ ਲਾਇਰ ਬਣ ਗਿਆ, ਇਕੱਲਾ ਲਾਇਰ ਥੋੜੀ ਪ੍ਰੋਫੈਸ਼ਨ ਰਹਿ ਗਿਆ ਸੋਸਾਇਟੀ ਦੇ ਵਿੱਚ, ਹੋਰ ਵੀ ਬਹੁਤ ਸਾਰੇ ਕਿੱਤੇ ਹੈ, ਹੋਰ ਵੀ ਬਹੁਤ ਸਾਰੇ ਐਸੇ ਰੁਜ਼ਗਾਰ ਹੈ ਜਿੱਥੇ ਤੁਹਾਡਾ ਬੱਚਾ ਬਹੁਤ ਕੁਛ ਕਰ ਸਕਦਾ। ਜੀ ਜਸਟ ਤੁਸੀਂ ਆਪਣੇ ਬੱਚੇ ਨੂੰ ਇੱਕ ਗਾਈਡ ਕਰ ਕਿ ਪੁੱਤ ਅਗਰ ਪੜ੍ਹਨਾ ਹੈ ਤਾਂ ਨੌਲੇਜ ਨਾਲ ਪੜ੍ਹ, ਗਿਆਨ ਨਾਲ ਪੜ੍ਹ। ਪੇਪਰ ਨੋ ਡਾਊਟ ਦੇਖੋ ਸਰ ਪਰਸੈਂਟੇਜ ਵੀ ਕਿਤੇ ਨਾ ਕਿਤੇ ਮੈਟਰ ਕਰਦੀ ਹੈ, ਕੰਮ ਕਰਦੀ ਹੈ, ਪਰ ਮੈਂ ਇਹ ਕਹੂੰਗਾ ਕਿ ਪਰਸੈਂਟੇਜ ਸਿਰਫ ਹਰ ਸਟੂਡੈਂਟ ਦੇ ਉੱਤੇ ਨਹੀਂ ਥੋਪੀ ਜਾ ਸਕਦੀ। ਇੱਕ ਬੱਚਾ ਸਪੋਜ਼ ਕਰੋ ਉਹਦੀ ਕੈਪੇਬਿਲਿਟੀ ਹੈ 70% ਸਕੋਰ ਕਰਨ ਦੀ, ਤੁਸੀਂ ਅਗਰ ਉਹਦੇ ਉੱਤੇ ਐਜ਼ ਆ ਪੇਰੈਂਟਸ ਇਹ ਥੋਪ ਰਹੇ ਹੋ ਕਿ ਤੇਰੇ 98% ਆਉਣੇ ਚਾਹੀਦੇ, ਅਗਰ ਨਾ ਆਏ ਤੈਨੂੰ ਘਰੋਂ ਕੱਢ ਦਾਂਗੇ, ਨਾ ਆਏ ਤੇਰਾ ਮੋਬਾਈਲ ਖੋਲਾਂਗੇ, ਨਾ ਆਏ ਤੇਰੀ ਐਕਟਿਵਾ ਖੋਲਾਂਗੇ, ਨਾ ਆਏ ਤੇਰਾ ਮੋਟਰਸਾਈਕਲ ਖੋਲਾਂਗੇ, ਤਾਂ ਉਹ ਬੱਚਾ ਸਰ ਤੁਹਾਡਾ 70% ਵਾਲਾ 50% 'ਤੇ ਆ ਜਾਂਦਾ। ਅਗਰ ਬੱਚੇ ਨੂੰ ਤੁਸੀਂ ਇਹ ਗਾਈਡ ਕਰੋ ਕਿ ਬੇਟਾ ਦੇਖ ਤੇਰੀ ਕੈਪੇਬਿਲਿਟੀ 70% ਦੀ ਹੈ, ਤੂੰ 70% ਹੀ ਲੈ ਆ, ਆਪਾਂ 70% ਦੇ ਨਾਲ ਵੀ ਬਹੁਤ ਕੁਛ ਕਰ ਸਕਦੇ ਹਾਂ। 70% ਲੈ ਕੇ ਵੀ ਕਿੰਨੇ ਨੰਬਰ ਆਫ ਕੋਰਸਿਸ ਹੈ ਜਿੱਥੇ 'ਚ ਤੈਨੂੰ ਐਡਮਿਸ਼ਨ ਮਿਲ ਸਕਦੀ ਹੈ, ਰਾਈਟ? ਤਾਂ ਉਹਦੇ ਨਾਲ ਤੁਸੀਂ ਦੇਖੋਗੇ ਸਰ ਤੁਹਾਡਾ ਬੱਚੇ ਦਾ ਮੈਂਟਲ ਪ੍ਰੈਸ਼ਰ, ਉਹਦਾ ਮੈਂਟਲ ਲੈਵਲ ਇੰਨਾ ਫਰੀ ਰਹੂਗਾ ਅਤੇ ਉਹ 70% ਵਾਲਾ ਸਟੂਡੈਂਟ ਹੋ ਸਕਦਾ 85% ਸਕੋਰ ਕਰ। ਬਿਲਕੁਲ ਬਿਲਕੁਲ। ਇਸ ਤੋਂ ਬਾਅਦ ਜਿਹੜਾ ਰਕੇਸ਼ ਜੀ, ਜਿਹੜੀ ਅੱਜ ਕੱਲ੍ਹ ਜਿਹੜਾ ਸਿਸਟਮ ਚੱਲ ਰਿਹਾ ਕਿ ਬੱਚਿਆਂ ਦੇ ਹੱਥ 'ਚ ਗੈਜਟਸ ਨੇ ਅਤੇ ਉਹਨਾਂ ਗੈਜਟਸ ਦੇ ਥਰੂ ਜਿਹੜੀ ਔਨਲਾਈਨ ਸਟੱਡੀ ਕਰਵਾਈ ਜਾਂਦੀ ਹੈ, ਕਈ ਵਾਰੀ ਬੱਚੇ ਕਿ ਮਿਸਯੂਜ਼ ਵੀ ਕਰਦੇ ਹਨ। ਬਿਲਕੁਲ। ਕਿ ਮਾਪਿਆਂ ਨੂੰ, ਕਿਉਂਕਿ ਹਰ ਟਾਈਮ ਪੇਰੈਂਟਸ ਆਪਣੇ ਬੱਚਿਆਂ ਦੇ ਸਿਰ ਦੇ ਉੱਪਰ ਨਹੀਂ ਬੈਠ ਸਕਦਾ ਜਾਂ ਉਹਨਾਂ ਦੀ ਨਿਗਾਹ ਨਹੀਂ ਰੱਖ ਸਕਦਾ ਕਿ ਬੱਚਾ ਮੇਰਾ ਸਟੱਡੀ ਕਰ ਰਿਹਾ ਨਹੀਂ ਕਰ ਰਿਹਾ, ਕੀ ਪੜ੍ਹ ਰਿਹਾ, ਕੀ ਦੇਖ ਰਿਹਾ, ਅਤੇ ਔਨਲਾਈਨ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਨੇ? ਅਤੇ ਉਸ ਤੋਂ ਬਾਅਦ ਜਿਹੜੇ ਇਹ ਗੈਜਟਸ ਨੇ ਜਿਨ੍ਹਾਂ ਦੇ ਵਿੱਚ ਇਹੀ ਕਹਿ ਸਕਦੇ ਕਿ ਅੱਜ ਬੱਚਿਆਂ ਦੇ ਹੱਥ ਦੇ ਵਿੱਚ ਦੁਨੀਆ ਮੁੱਠੀ 'ਚ ਉਹਨਾਂ ਦੀ, ਅਤੇ ਉਹ ਗੈਜਟਸ ਨਾਲ ਉਹਨਾਂ 'ਤੇ ਕੀ ਮਾੜੇ ਪ੍ਰਭਾਵ ਜਾਂ ਕੀ ਉਹਨਾਂ 'ਤੇ ਚੰਗੀ ਚੀਜ਼ਾਂ? ਸਰ ਅਗਰ ਆਪਾਂ ਗੈਜਟਸ ਦੀ ਗੱਲ ਕਰੀਏ ਨਾ ਜਾਂ ਔਨਲਾਈਨ ਸਟੱਡੀ ਦੇ ਉੱਤੇ, ਪਹਿਲਾਂ ਮੈਂ ਤੁਹਾਡਾ ਤੁਹਾਨੂੰ ਜਵਾਬ ਦੇਣਾ ਚਾਹੂੰਗਾ। ਦੇਖੋ ਸਰ ਅਗਰ ਆਪਾਂ ਦੇਖੀਏ ਕਿ ਸਾਡਾ ਭਾਰਤ ਅਤੇ ਈਵਨ ਪੂਰਾ ਆਲ ਓਵਰ ਵਰਲਡ ਐਟ ਪ੍ਰੈਜੈਂਟ ਇੱਕ ਸਭ ਤੋਂ ਵੱਧ ਅਤੇ ਸਭ ਤੋਂ ਵੱਡੀ ਇੱਕ ਘਾਤਕ ਬਿਮਾਰੀ ਨਾਲ ਜੂਝ ਰਹੇ ਹੈ ਜੀ, ਠੀਕ ਹੈ, ਕੋਵਿਡ, ਕਰੋਨਾ ਵਾਇਰਸ ਜੀ। ਕਰੋਨਾ ਵਾਇਰਸ ਦੇ ਦੌਰਾਨ ਸਰ ਤੁਸੀਂ ਦੇਖੋ ਸਾਰੇ ਸਕੂਲ, ਸਾਰੇ ਕਾਲਜਿਸ, ਸਾਰੇ ਇੰਸਟੀਟਿਊਸ਼ਨਸ ਬੰਦ ਹੈ। ਹੁਣ ਅਗਰ ਮੈਂ ਗੱਲ ਕਰਾਂ ਕਿ ਔਨਲਾਈਨ ਸਟੱਡੀ ਦੇ ਉੱਤੇ ਮੈਂ ਫੋਕਸ ਕਰਾਂ ਕਿ ਅਗਰ ਸਪੋਜ਼ ਕਰੋ ਸਰ ਕੋਈ ਵੀ ਸਕੂਲ ਹੈ, ਕੋਈ ਵੀ ਕਾਲਜ ਹੈ ਜਾਂ ਕੋਈ ਵੀ ਕੋਚਿੰਗ ਇੰਸਟੀਟਿਊਟ ਹੈ, ਉਹ ਬੱਚੇ ਨੂੰ ਔਨਲਾਈਨ ਸਟੱਡੀ ਦੇਣੀ ਵੀ ਬੰਦ ਕਰ ਦੇਣਾ ਸਰ, ਤਾਂ ਸਟੂਡੈਂਟ ਦਾ ਜਿਹੜਾ ਮੈਂਟਲ ਲੈਵਲ ਹੈ ਉਹ ਬਿਲਕੁਲ ਜ਼ੀਰੋ ਹੋ ਜਾਊਗਾ। ਔਨਲਾਈਨ ਸਟੱਡੀ ਕਿਤੇ ਨਾ ਕਿਤੇ ਸਟੂਡੈਂਟ ਨੂੰ ਸਟੱਡੀ ਦੇ ਨਾਲ ਟੱਚ ਰੱਖ ਰਹੀ ਹੈ, ਸਟੱਡੀ ਦੇ ਨਾਲ ਬੱਚਾ ਤੁਹਾਡਾ ਟੱਚ ਹੈ ਅਗਰ ਉਹ ਕਿਤੇ ਨਾ ਕਿਤੇ ਸਪੋਜ਼ ਕਰੋ ਔਨਲਾਈਨ ਪੜ੍ਹ ਰਹੇ ਹੈ। ਹੁਣ ਅਗਰ ਗੈਜਟਸ ਦੀ ਗੱਲ ਕਰਾਂ ਕਿ ਸਟੂਡੈਂਟ ਦੇ ਹੱਥ 'ਚ ਮੋਬਾਈਲ ਆ ਗਿਆ ਜਿਹਦੇ ਦੀ ਔਨਲਾਈਨ ਸਟੱਡੀ ਆਈ ਹੈ, ਸਰ ਦੇਖੋ ਮੋਬਾਈਲ ਇੱਕ ਐਸਾ ਇੰਸਟਰੂਮੈਂਟ ਹੈ ਜਿਹਦੇ ਪੋਜ਼ਿਟਿਵ ਇਫੈਕਟ ਵੀ ਬਹੁਤ ਹੈ ਅਤੇ ਨੈਗੇਟਿਵ ਇਫੈਕਟ ਵੀ ਬਹੁਤ ਹੈ, ਉਹ ਡਿਪੈਂਡ ਕਰਦਾ ਸਟੂਡੈਂਟ ਦੇ ਉੱਤੇ ਉਹਨੂੰ ਯੂਜ਼ ਕਰਨ 'ਤੇ। ਕਈ ਐਸੇ ਸਟੂਡੈਂਟ ਤੁਸੀਂ ਦੇਖੋਗੇ ਸੋਸਾਇਟੀ ਦੇ ਵਿੱਚ ਜਿਨ੍ਹਾਂ ਨੇ ਸਿਰਫ ਅਤੇ ਸਿਰਫ ਮੋਬਾਈਲ ਤੋਂ ਪੜ੍ਹ ਕੇ ਬਹੁਤ ਵੱਡੇ ਵੱਡੇ ਕੀਰਤੀਮਾਨ ਹਾਸਿਲ ਕੀਤੇ ਹੈ, ਰਾਈਟ? ਤਾਂ ਮੈਂ ਇੱਥੇ ਹੀ ਕਹੂੰਗਾ ਕਿ ਜਿਹੜਾ ਗੈਜਟ ਹੈ ਨਾ, ਜਿਹੜਾ ਮੋਬਾਈਲ ਹੈ ਸਰ, ਉਹਦੇ ਦੋਨੋਂ ਹੀ ਇੰਪੈਕਟ ਹੈ ਬੱਚੇ ਦੇ ਉੱਤੇ, ਪੋਜ਼ਿਟਿਵ ਵੀ ਹੈ ਅਤੇ ਨੈਗੇਟਿਵ ਵੀ ਹੈ, ਅਤੇ ਉਹ ਡਿਪੈਂਡ ਕਰਦਾ ਬੱਚੇ ਦੇ ਉੱਤੇ ਯੂਜ਼ ਕਰਨ 'ਤੇ, ਅਤੇ ਡਿਪੈਂਡ ਕਰਦਾ ਪੇਰੈਂਟਸ ਦੀ ਗਾਈਡੈਂਸ ਦੇ ਉੱਤੇ, ਡਿਪੈਂਡ ਕਰਦਾ ਕਿ ਪੇਰੈਂਟਸ ਨੇ ਬੱਚੇ ਨੂੰ ਕਿੱਦਾਂ ਗਾਈਡ ਕੀਤਾ, ਕਿੱਦਾਂ ਉਹਨੂੰ ਸਮਝਾਇਆ, ਉਹਦੀ ਪਰਵਰਿਸ਼ ਦੇ ਉੱਤੇ ਲਗਾ ਲਓ। ਆਪਾਂ ਪਰਵਰਿਸ਼ ਜਿਹੜਾ ਸ਼ਬਦ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਐਪਰੋਪਰੀਏਟ ਵਰਡ ਹੈ ਇੱਥੇ, ਕਿਉਂਕਿ ਪਰ ਮੈਂ ਇੱਥੇ ਇਹੀ ਕਹਿ ਸਕਦਾ ਕਿ ਉਹ ਡਿਪੈਂਡ ਕਰਦਾ ਬੱਚੇ ਦੇ ਯੂਜ਼ ਉੱਤੇ ਅਤੇ ਪੇਰੈਂਟਸ ਦੀ ਗਾਈਡੈਂਸ ਦੇ ਉੱਤੇ, ਕਿਸ ਤਰ੍ਹਾਂ, ਹਾਂ ਕਿਸ ਤਰ੍ਹਾਂ ਉਹ ਕਰ ਰਹੇ ਜੀ। ਸੋ ਇਹ ਸਨ ਰਕੇਸ਼ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ, ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ, ਪਰ ਉਹਨਾਂ ਨਾਲ ਲੜਦੇ ਹੋਇਆਂ ਇੱਕ ਮੁਕਾਮ ਵੀ ਹਾਸਲ ਕੀਤਾ, ਅਤੇ ਨਾਲ ਨਾਲ ਹੀ ਹੁਣ ਆਪਣਾ ਇੱਕ ਇੰਸਟੀਟਿਊਟ ਚਲਾ ਰਿਹਾ ਜਿਹਦੇ ਵਿੱਚ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਜਿਹੜਾ ਨੈਤਿਕ ਜਿਹੜਾ ਲੈਕਚਰ ਆ ਜਾਂ ਨੈਤਿਕ ਗੁਣ ਆ, ਨੈਤਿਕ ਚੀਜ਼ਾਂ, ਉਹ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਪਾ ਰਹੇ ਆ, ਉਹਨਾਂ ਨੂੰ ਨੈਤਿਕ ਸਿੱਖਿਆ ਨਾਲ ਜੋੜ ਰਹੇ ਆ, ਦੁਨੀਆਦਾਰੀ ਨਾਲ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ, ਕਿਸ ਤਰੀਕੇ ਨਾਲ ਚੱਲਣਾ, ਇਹ ਸਾਰੀਆਂ ਚੀਜ਼ਾਂ ਸਿਖਾ ਰਹੇ ਨੇ। ਸੋ ਇਸੇ ਤਰ੍ਹਾਂ ਦੇ ਹੀ ਟੀਚਰਾਂ ਦੀ ਸਾਨੂੰ ਲੋੜ ਹੈ, ਇਸੇ ਤਰ੍ਹਾਂ ਦੇ ਸਿੱਖੀਏ ਤਾਂ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ।